ਇਹ ਮਸਲਾ ਪੁੱਛਿਆ ਜਾਂਦਾ ਹੈ ਕਿ ਸਾਡੀਆਂ ਘਰਾਂ ਦੇ ਅੰਦਰ ਸਾਡੀਆਂ ਬੀਬੀਆਂ ਮਾਵਾਂ ਬਹਿਣਾ ਹੁਣ ਬਹੁਤ ਜ਼ਿਆਦਾ ਘੱਟ ਹੋ ਗਿਆ ਚੰਦ ਸਾਲ ਤੋਂ ਪਹਿਲੇ ਬਹੁਤ ਜ਼ਿਆਦਾ ਸੀ ਇਹ ਕੰਮ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਾ ਕਿ ਸਾਡੀਆਂ ਬੀਬੀਆਂ ਮਾਵਾਂ ਬਹਿਣਾ ਨਾ 10 ਬੀਬੀਆਂ ਦੀ ਕਹਾਣੀ ਪੜਾਉਂਦੀਆਂ ਸਨ ਘਰਾਂ ਦੇ ਅੰਦਰ ਹੁੰਦਾ ਸੀ ਨਾ ਪਿੰਡ ਥਾਵਾਂ ਦੇ ਅੰਦਰ ਇੱਥੇ ਵੀ ਹੁੰਦਾ ਸੀ ਕਿ ਮੈਂ ਮੰਨਤ ਮੰਨੀ ਅਗਰ ਮੇਰਾ ਇਹ ਕੰਮ ਹੋ ਜਾਏਗਾ ਤੇ ਮੈਂ 10 ਬੀਬੀਆਂ ਜਮ੍ਹਾਂ ਕਰਕੇ ਤੋ ਇੱਕ ਕਹਾਣੀ ਜੀ ਹੁੰਦੀ ਸੀ ਇੱਕ ਛੋਟੀ ਜਿਹੀ ਉਹ ਫਿਰ ਇੱਕ ਬੀਬੀ ਪੜ੍ਹਦੀ ਸੀ ਤੇ ਬਕਾਇਆ ਸਾਰੀਆਂ ਸੁਣਦੀਆਂ ਸਨ ਉਹਨੂੰ ਕਹਿੰਦੇ ਨੇ 10 ਬੀਬੀਆਂ ਦੀ ਕਹਾਣੀ ਤੇ ਉਹ ਮੁਸਲਮਾਨ ਕਲਮਾ ਗੋ ਤੋਹੀਦ ਨੂੰ ਮੰਨਣ ਵਾਲੇ ਰਿਸਾਲਤ ਨੂੰ ਮੰਨਣ ਵਾਲੇ ਉਹ 10 ਬੀਬੀਆਂ ਦੀ ਕਹਾਣੀ ਜਿਹੜਾ ਨਾ ਉਹਨਾਂ ਨੇ ਪੜ੍ਹਾਉਣੀ ਤੇ 10 ਬੀਬੀਆਂ ਮਹੱਲੇ ਦੀਆਂ ਜਮ੍ਹਾਂ ਕਰ ਲੈਣੀਆਂ ਉਹਨਾਂ ਦੇ ਵਿੱਚ ਬਹਿ ਕੇ ਉਹ ਕਹਾਣੀ ਪੜ੍ਹਾਉਣੀ ਤੇ ਜਿਹੜੀ ਚੀਜ਼ ਹੋਣੀ ਉਹਨੂੰ ਕਹਿਣਾ ਵੀ ਇਹ ਬੰਦੇ ਨਹੀਂ ਖਾ ਸਕਦੇ ਇਹ ਮਰਦ ਨਹੀਂ ਖਾ ਸਕਦੇ ਇਹ ਇਸਲਾਮ ਬਣਾ ਲਿਆ ਗਿਆ ਸੀ ਨਾ ਜੀ ਇਹਦੇ ਬਾਰੇ ਇਸਲਾਮ ਕੀ ਕਹਿੰਦਾ ਸ਼ਰੀਅਤ ਕੀ ਕਹਿੰਦੀ ਹੈ ਪਹਿਲੇ ਨੰਬਰ 'ਤੇ ਬਾਤ ਸੁਣੋ ਕਿ 10 ਬੀਬੀਆਂ ਦੀ ਕਹਾਣੀ ਕਿਤਲੇ ਇਸਲਾਮ ਦੇ ਅੰਦਰ ਹੈ ਹੀ ਕੋਈ ਨਹੀਂ ਸ਼ਰੀਅਤ ਦੇ ਅੰਦਰ ਹੈ ਹੀ ਕੋਈ ਨਹੀਂ 10 ਬੀਬੀਆਂ ਦੀ ਕਹਾਣੀ ਪੜ੍ਹਾਉਣਾ ਨਾਜਾਇਜ਼ ਹੈ ਇਹ ਕੰਮ ਠੀਕ ਨਹੀਂ ਅਤੇ ਨਾ ਇਹਦੇ ਨਾਲ ਮੰਨਤ ਪੂਰੀ ਹੁੰਦੀ ਹੈ ਅਤੇ ਨਾ ਹੀ ਇਹਦੇ ਨਾਲ ਘਰ ਦੇ ਅੰਦਰ ਬਰਕਤ ਆਉਂਦੀ ਹੈ ਇਹ ਕੰਨ ਖੋਲ੍ਹ ਕੇ ਮਸਲਾ ਸੁਣ ਲਵੋ 10 ਬੀਬੀਆਂ ਦੀ ਇੱਕ ਕਹਾਣੀ ਪੜ੍ਹਾਉਣ ਤੋਂ ਬਿਹਤਰ ਨਹੀਂ ਸੂਰਤ ਯਾਸੀਨ ਪੜ੍ਹੀ ਜਾਏ ਜਿਹਦੇ ਬਾਰੇ ਅੱਲਾ ਦੇ ਨਬੀ ਨੇ ਫਰਮਾਇਆ ਕਿ ਜਿਸ ਘਰ ਦੇ ਅੰਦਰ ਸੂਰਤ ਯਾਸੀਨ ਸੂਰਤ ਵਾਕਿਆ ਪੜ੍ਹੀ ਜਾਏ ਉੱਥੇ ਰਹਿਮਤ ਆਉਂਦੀ ਹੈ ਉੱਥੇ ਰਿਜ਼ਕ ਦੇ ਅੰਦਰ ਬਰਕਤ ਆਉਂਦੀ ਹੈ 10 ਬੀਬੀਆਂ ਦੀ ਕਹਾਣੀ ਪੜ੍ਹਨਾ ਸੁਣਨਾ ਇਹ ਗਲਤ ਅਮਲ ਹੈ ਨਾਜਾਇਜ਼ ਅਮਲ ਹੈ ਇਹ ਮੁਸਲਮਾਨ ਦੇ ਘਰ ਨਹੀਂ ਹੋਣਾ ਚਾਹੀਦਾ ਕਲਮਾ ਗੋ ਦੇ ਘਰ ਇਹ ਨਹੀਂ ਹੋਣਾ ਚਾਹੀਦਾ ਇਹ ਕਿਤੇ ਵੀ ਮਸਲਾ ਕੋਈ ਨਹੀਂ ਜੇ 10 ਬੀਬੀਆਂ ਵਾਲਾ ਇਹ ਅਸਾਂ ਆਪਣੇ ਕੋਲ ਬਣਾ ਲਿਆ ਕਿ 10 ਬੀਬੀਆਂ ਫਿਰ ਪੂਰੀਆਂ 10 ਕਰਨੀਆਂ ਨੇ 9 ਵੀ ਨਹੀਂ ਬਹਿ ਸਕਦੀਆਂ 8 ਵੀ ਨਹੀਂ ਬਹਿ ਸਕਦੀਆਂ ਜੀ 10 ਬੀਬੀਆਂ ਜਮ੍ਹਾਂ ਹੋਣੀਆਂ ਤੇ ਫਿਰ ਉਹ ਜਨਾਬ ਕਹਾਣੀ ਪੜ੍ਹੀ ਜਾਣੀ ਹੈ ਉਹਨਾਂ ਬੜੇ ਆਰਾਮ ਨਾਲ ਸੁਣਨਾ ਪਤਾ ਨਹੀਂ ਕਿਹੜੀ ਇਬਾਦਤ ਹੋ ਰਹੀ ਹੈ ਸਾਰੀਆਂ ਬੀਬੀਆਂ ਨਾ ਬੜੇ ਖਮੋਸ਼ੀ ਨਾਲ ਉਹ ਕਹਾਣੀ ਦੇ ਅੰਦਰ ਕੀ ਹੈ ਜੇ ਇੱਕ ਲੱਕੜਹਾਰਾ ਤਾਂ ਪਤਾ ਨਹੀਂ ਕੀ ਆਪਣੇ ਕੋਲ ਉਹ ਕਹਾਣੀ ਬਣਾ ਕੇ ਅਤੇ ਉਹ ਜਨਾਬ ਆਵਾਮ ਦੇ ਸਾਹਮਣੇ ਕੌਮ ਦੇ ਸਾਹਮਣੇ ਰੱਖ ਦਿੱਤੀ ਗਈ ਜੀ ਮੰਨਤ ਮੰਨੋ ਜੀ ਮੈਨੂੰ ਸ਼ਿਫਾ ਹੋ ਜਾਏ ਮੈਂ 10 ਬੀਬੀਆਂ ਦੀ ਕਹਾਣੀ ਪੜ੍ਹਾਵਾਂਗੀ ਮੇਰਾ ਪੁੱਤਰ ਦਾ ਕਾਰੋਬਾਰ ਖੁੱਲ੍ਹ ਜਾਏ ਮੈਂ 10 ਬੀਬੀਆਂ ਦੀ ਕਹਾਣੀ ਪੜ੍ਹਾਵਾਂਗੀ 10 ਬੀਬੀਆਂ ਦੀ ਕਹਾਣੀ ਦਾ ਇਸਲਾਮ ਦੇ ਅੰਦਰ ਤਸੱਵਰ ਕੋਈ ਨਹੀਂ ਇਹ ਗਲਤ ਅਮਲ ਇੰਝ ਨਹੀਂ ਹੋਣਾ ਚਾਹੀਦਾ ਇਹਦੇ ਨਾਲੋਂ ਬਿਹਤਰ ਅਮਲ ਕਿਹੜਾ ਕੁਰਾਨ ਪੜ੍ਹਿਆ ਜਾਏ ਸੂਰਤ ਯਾਸੀਨ ਇੱਕ ਔਰਤ ਸੂਰਤ ਯਾਸੀਨ ਪੜ੍ਹੇ 10 ਬੀਬੀਆਂ ਬਹਿ ਕੇ ਸੁਣਨ ਜਿਹਦੇ ਨਾਲ ਬਰਕਤ ਵੀ ਹੋਏ ਸੂਰਤ ਅਲ ਮੁਲਕ ਪੜ੍ਹੋ ਦਰੂਦ ਪਾਕ ਪੜ੍ਹੋ ਦਰੂਦ ਤਨਜੀਨਾ ਪੜ੍ਹੋ ਜਿਹਦੇ ਨਾਲ ਬਰਕਤ ਦੇ ਘਰ ਦੇ ਅੰਦਰ ਇਸਦੇ ਨਾਲ ਤਾਂ ਬਰਕਤ ਹੀ ਕੋਈ ਨਹੀਂ ਇਹ ਤਾਂ ਕਹਾਣੀ ਪੜ੍ਹੀ ਜਾ ਰਹੀ ਹੈ ਅਤੇ ਸੁਣੀ ਜਾ ਰਹੀ ਹੈ ਪਹਿਲੀ ਬਾਤ ਇਹ ਵੇ ਕਿ 10 ਕਹਾਣੀਆਂ ਦਾ ਕੋਈ ਵੀ ਇਸਲਾਮ ਦੇ ਅੰਦਰ ਤਸੱਵਰ ਨਹੀਂ ਜਿਹੜੇ ਪੜ੍ਹਾਉਂਦੇ ਨੇ ਉਹ ਤੋਬਾ ਕਰਨ ਪਿੱਛੋਂ ਔਰ ਅੱਜ ਤੋਂ ਬਾਅਦ ਤੁਸੀਂ ਵੀ ਆਪਣੇ ਘਰਾਂ ਦੇ ਅੰਦਰ ਜਾ ਕੇ ਲੋਕਾਂ ਨੂੰ ਇਹ ਪੈਗਾਮ ਦਿਓ ਕਿ 10 ਬੀਬੀਆਂ ਦਾ ਕਹਾਣੀ ਜਿਹੜੀ ਹੈ ਨਾ ਇਸਲਾਮ ਦੇ ਅੰਦਰ ਉਹਦਾ ਤਸੱਵਰ ਕੋਈ ਨਹੀਂ ਜੇ ਗਲਤ ਅਮਲ ਹੈ ਅਤੇ ਇੰਝ ਨਹੀਂ ਕਰਨਾ ਚਾਹੀਦਾ ਕੁਰਾਨ ਪੜ੍ਹੋ ਔਰ ਦੂਸਰੀ ਬਾਤ ਜਿਹੜੀ ਜੀ ਇਹ ਲੰਗਰ ਨਿਆਜ਼ ਖਤਮ ਤੋਂ ਬਾਅਦ ਕਹਾਣੀ ਪੜ੍ਹਨ ਤੋਂ ਬਾਅਦ ਜਿਹੜੀ ਮਠਿਆਈ ਹੁੰਦੀ ਹੈ ਜੀ ਇਹ ਬੰਦਿਆਂ ਨੂੰ ਨਹੀਂ ਦੇਣੀ ਕਿਉਂ ਇਹ ਸਿਰਫ ਬੀਬੀਆਂ ਖਾਣਗੀਆਂ ਅਤੇ ਮੈਂ ਆਖਿਆ ਬਣਾਈ ਤਾਂ ਬੰਦੇ ਨਹੀਂ ਹੈ ਜਾਂ ਤਾਂ ਬਣਾਉਂਦੀ ਵੀ ਔਰਤ ਨਾ ਜਿੱਥੋਂ ਲੈ ਕੇ ਆਇਓ ਉਸ ਦੁਕਾਨ 'ਤੇ ਮਰਦ ਨਹੀਂ ਬਣਾਈ ਹੈ ਨਾ ਅਤੇ ਮਰਦ ਬਣਾ ਸਕਦੇ ਨੇ ਮਰਦ ਖਾ ਸਕਦੇ ਨਹੀਂ ਇਹ ਐਸੇ ਮਸਲੇ ਨੇ ਜਿਹੜੇ ਅਸੀਂ ਆਪਣੇ ਕੋਲੋਂ ਬਣਾ ਲਏ ਨੇ ਹੋਰ ਇਹਦਾ ਇਸਲਾਮ ਦੇ ਅੰਦਰ ਕੋਈ ਦੂਰ ਦੂਰ ਤੱਕ ਕੋਈ ਤਸੱਵਰ ਨਹੀਂ ਅਸੀਂ ਆਪਣੇ ਕੋਲੋਂ ਇੱਕ ਬੀਬੀ ਨੇ ਪੜ੍ਹਾਇਆ ਉਹਨੇ ਕਿਹਾ ਮੈਂ ਮੰਨਤ ਮੰਨੀ ਸੀ ਆ ਅਤੇ ਮੇਰੀ ਤਾਂ ਪੂਰੀ ਹੋ ਗਈ ਹੈ ਉਹਨੇ ਕਿਹਾ ਚਲੋ ਮੈਂ ਵੀ ਮੰਨਤ ਮੰਨਣੀ ਹੈ ਮੈਂ 10 ਬੀਬੀਆਂ ਦੀ ਕਹਾਣੀ ਪੜ੍ਹਾਵਾਂਗੀ ਅਤੇ ਮੇਰੀ ਇਹ ਮੰਨਤ ਪੂਰੀ ਹੋ ਜਾਏ ਹਾਂ ਇਸਲਾਮ ਦੇ ਅੰਦਰ ਤਾਂ ਕਹਾਣੀਆਂ ਦਾ ਤਸੱਵਰ ਹੀ ਕੋਈ ਨਹੀਂ 10 ਬੀਬੀਆਂ ਹੋਣ ਭਾਵੇਂ 20 ਬੀਬੀਆਂ ਹੋਣ ਅਤੇ ਭਾਵੇਂ 5 ਬੀਬੀਆਂ ਹੋਣ ਉਹ ਹੀ 10 ਬੀਬੀਆਂ ਦੀ ਕਹਾਣੀ ਪੜ੍ਹ ਕੇ ਫਿਰ ਉਹਨਾਂ ਮਹੱਲੇ ਦੀਆਂ 10 ਗੱਲਾਂ ਵੀ ਆਪਸ 'ਚ ਕਰਨੀਆਂ ਹੁੰਦੀਆਂ ਨਾ ਬੀਬੀਆਂ ਨੂੰ ਇਕੱਠਿਆਂ ਕਰਕੇ ਫਿਰ ਸਾਰੇ ਗਲੀ ਦੀਆਂ ਗੱਲਾਂ ਸਾਰੇ ਮਹੱਲੇ ਦੀਆਂ ਗੱਲਾਂ ਇੱਕ ਦੂਜੇ ਨੂੰ ਸੁਣਾਉਣੀਆਂ ਨੇ ਫਲਾਣੇ ਦੇ ਘਰ ਇੰਝ ਹੁੰਦਾ ਪਿਆ ਫਲਾਣੇ ਦੇ ਘਰ ਇੰਝ ਹੁੰਦਾ ਪਿਆ ਨੰਬਰ 1 ਤੋਂ ਉੱਥੇ ਜਮ੍ਹਾਂ ਹੋਣਾ ਫਿਰ ਜਮ੍ਹਾਂ ਹੋ ਕੇ ਫਿਰ ਗੁਨਾਹ ਦੇ ਕੰਮ ਗੀਬਤ ਕਰਨੀ ਚੁਗਲੀ ਕਰਨੀ ਇਹ ਵੀ ਬਹੁਤ ਵੱਡਾ ਗੁਨਾਹ ਹੈ ਅਤੇ ਜਿਸ ਬੀਬੀ ਨੂੰ ਉਹਨਾਂ ਨੇ ਜਮ੍ਹਾਂ ਕੀਤਾ ਸਾਰਾ ਗੁਨਾਹ ਉਹਦੇ ਸਿਰ ਆ ਰਿਹਾ ਮੇਰੀ ਗੱਲ ਯਾਦ ਰੱਖਿਓ ਕਿਉਂਕਿ ਉਹ ਉਹਨਾਂ ਨੂੰ ਜਮ੍ਹਾਂ ਕਰਨ ਵਾਸਤੇ ਉਹਨੇ ਸਾਰਿਆਂ ਨੂੰ ਬੁਲਾਇਆ ਆਪਣੇ ਘਰ ਉਹਨਾਂ ਥੋੜ੍ਹੇ ਦੇਰ ਪੜ੍ਹਿਆ ਉਸ ਤੋਂ ਬਾਅਦ ਕਹਾਣੀਆਂ ਸ਼ੁਰੂ ਗੱਲਾਂ ਸ਼ੁਰੂ ਕਰ ਲਈਆਂ ਇੱਕ ਦੂਜੇ ਦੀਆਂ ਉਹ ਗੁਨਾਹਗਾਰ ਔਰਤ ਹੋਏਗੀ ਉਹਦੇ ਨਾਲ ਬਿਹਤਰ ਆਪ ਹੀ ਘਰ ਵਿੱਚ ਪੜ੍ਹੇ ਆਪਣੇ ਬੱਚਿਆਂ ਨੂੰ ਬਿਠਾ ਕੇ ਪੜ੍ਹੇ ਆਪਣੀਆਂ ਬੇਟੀਆਂ ਨੂੰ ਬਿਠਾ ਕੇ ਪੜ੍ਹੇ ਇਹ ਨਹੀਂ ਗਲੀ ਦੀਆਂ ਮਹੱਲੇ ਦੀਆਂ ਬੀਬੀਆਂ ਇਕੱਠੀਆਂ ਕਰ ਲਈਆਂ ਅਤੇ ਜੀ ਚਲੋ ਜੀ ਅਸੀਂ ਪੜ੍ਹਾ ਰਹੇ ਹਾਂ ਨਹੀਂ ਇਹ ਕੋਈ ਚੀਜ਼ ਨਹੀਂ ਇਸ ਵਾਸਤੇ ਜਾਂ ਤਾਂ ਉਹ ਅੱਲਾ ਦਾ ਕੁਰਾਨ ਪੜ੍ਹਨ ਅਤੇ ਜਿੱਥੇ 2 ਬੀਬੀਆਂ ਵੀ ਤੁਹਾਨੂੰ ਪਤਾ ਜਮ੍ਹਾਂ ਹੋ ਜਾਣ ਉਹ ਚੁੱਪ ਰਹਿੰਦੀਆਂ ਉਹ ਕਿਸੇ ਨੇ ਕਿਹਾ ਨਾ ਬਈ ਸਭ ਨਾਲੋਂ ਵੱਡਾ ਝੂਠ ਜਿਹੜਾ ਬੋਲੇਗਾ ਬਾਦਸ਼ਾਹ ਨੇ ਕਿਹਾ ਵੀ ਮੈਂ ਉਹਨੂੰ ਇਨਾਮ ਦੇਵਾਂਗਾ ਆਹ ਸੁਣਿਓ
बड़े बड़े झूठ बोले, उन्हें कहा नहीं ये झूठ है। एक बंदा उठा, उन्हें कहा जी मैं बोलना, उन्हें कहा दसो, उन्हें कहा जी 10 किलोमीटर तक दो बीबियां कठिया गई ने, उन्हें रस्ते में एक गल भी नहीं की। 10 किलोमीटर तक दो बीबियां कठिया पैदल टुरिया ने, घरों कितने जाना सी, उन्हें रस्ते में एक दूजी नाल गल। बादशाह ने कहा सब नाल वड्डा झूठ तू बोलिया कि बीबियां हुण ते चुप करके टुर जाण, इत्थे बस में बैठी होवे ना उन्हें पता होवे अगले स्टाप ते उतर जाना, तो उन्हें नाल आलियां नाल तारफ कढ लैंदी वी तू कित्थों आई है, कित्थे चली है, धी कोल चली है, पुत्र कोल चली है। इस वास्ते ये दसां बीबियां की कहानी का इस्लाम के अंदर कोई तसव्वुर नहीं, इस तू मना करो, यदा शरीयत दे नाल कोई तलक नहीं। जे दूसरा मसला सुन लवो।